ਹਾਂਜੀ ਮਿੱਤਰੋ, ਕੀ ਹਾਲ ਚਾਲ, ਸਤਿ ਸ਼੍ਰੀ ਅਕਾਲ। ਮੈਂ ਸਭ ਤੋਂ ਤੁਸੀਂ ਦੇਖ ਰਹੇ ਹੋ ਡਬਲ ਟਵਾਣਾ ਯੂਟਿਊਬ ਚੈਨਲ। ਅਤੇ ਮਿੱਤਰੋ, ਕਾਲੀ ਜੱਟ ਲੈ ਕੇ ਆ ਗਿਆ ਬਾਈ ਇੱਕ ਹੋਰ ਨਵੀਂ ਵੀਡੀਓ 'ਤੇ। ਬੰਬਈ ਟਾਈਮ ਬਾਅਦ ਬਾਈ ਆਪਣੀ ਵੀਡੀਓ ਆ ਰਹੀ ਆ। ਅਤੇ ਮਿੱਤਰੋ, ਅੱਜ ਆਪਾਂ ਕੀ ਕਰਨਾ ਫਾਰਮਿੰਗ ਸਿਮੂਲੇਟਰ ਦੇ ਵਿੱਚ। ਅਤੇ ਮਿੱਤਰੋ, ਤੁਹਾਨੂੰ ਪਤਾ ਮੀਂਹ ਪੈ ਰਹੇ ਨੇ, ਉਹਦੇ ਕਰਕੇ ਬਾਈ ਆ ਟੋਏ 'ਚ ਗਾਰਾ ਬਣ ਗਿਆ। ਅਤੇ ਮਿੱਤਰੋ, ਇਹ ਗਾਰਾ ਆਪਾਂ ਲੈ ਕੇ ਜਾਣਾ ਇੱਕ ਫੈਕਟਰੀ 'ਚ ਬਾਈ, ਉੱਥੇ ਸਮੈਂਟ ਸਮੁੰਟ ਬਣਦਾ ਵਿੱਚ, ਪਤਾ ਨਹੀਂ ਕੁਛ ਕੰਮ ਹੋਊ ਉਹਨਾਂ ਨੂੰ। ਅਤੇ ਆਪਾਂ ਬਾਈ ਉਹਨਾਂ ਨਾਲ ਡੀਲ ਕੀਤੀ ਆ, ਦੋ ਟਰਾਲੀਆਂ ਗਾਰਾ ਦੀ ਅਤੇ ਇੱਕ ਟਰਾਲੀ ਵੱਡੀ ਅਤੇ ਦੂਈ ਟਰਾਲੀ ਬਾਈ ਛੋਟੀ। ਅਤੇ ਆ ਬਾਈ 744, ਉਹ ਹੈਗਾ ਨਾਟ 11। ਅਤੇ ਮਿੱਤਰੋ, ਆ ਖੜਾ ਆਪਣਾ ਲੋਡਰ, ਇਹਦੇ ਨਾਲ ਗਾਰਾ ਬਾਈ ਚੱਕ ਚੱਕ ਕੇ ਪਾਉਣਾ ਪੈਣਾ ਹੱਥਾਂ, ਕਿਉਂਕਿ ਹੱਥਾਂ ਜਾਂ ਕਹੀਆਂ ਨਾਲ ਤਾਂ ਪੈਣਾ ਹੈ ਨੀਗਾ। ਅਤੇ ਟਰੈਕਟਰ ਦੇਖ ਕੇ ਬਾਈ ਲਾਈਏ ਕਿਸੇ ਪਾਸੇ ਆਪਾਂ। ਅਤੇ ਮਿੱਤਰੋ, ਜੌਨ ਡੀਅਰ ਆਪਣੇ ਕੋਲ ਹੁਣ ਨਹੀਂ ਹੈਗਾ, ਉਹ ਆਪਾਂ ਸੇਲ ਕਰਤਾ ਬਾਈ। ਆਪਾਂ ਟਰੈਕਟਰ ਥੋੜ੍ਹਾ ਜਿਹਾ ਘੱਟ ਟਾਈਮ ਰੱਖੀ ਦੇ ਨੇ, ਥੋੜ੍ਹਾ ਜਿਹਾ ਚਲਾ ਕੇ ਫਿਰ ਆਪਾਂ ਕਰ ਦਈਦਾ ਸੇਲ। ਅਤੇ ਮਿੱਤਰੋ, ਇੱਥੇ ਲਾ ਲੈਂਦੇ ਕਿਰਾਂ ਟਰਾਲੀ ਖਾਲੀ ਜਗ੍ਹਾ 'ਤੇ। ਅਤੇ ਹੁਣ ਚਲਾਉਂਦੇ ਹਾਂ ਲੋਡਰ, ਅਤੇ ਲੋਡਰ ਨੂੰ ਬਾਈ ਇੱਧਰ ਦੀ ਵਾੜੀ ਹੈ ਕਿੱਧਰ ਦੀ ਵਾੜੀ ਦੇਖਦੇ ਹਾਂ ਮਿੱਤਰੋ। ਅਤੇ ਲੋਡਰ ਚਲਾਉਣਾ ਵੀ ਬਾਈ ਔਖਾ ਹੀ ਕੰਮ ਆ। ਅਤੇ ਪਹਿਲਾਂ ਤਾਂ ਬਾਈ ਇਹਦਾ ਡਾਲਾ ਜਾਂ ਮੂਹਰੋਂ ਸਿੱਟੀਏ ਥੱਲੇ, 100% ਹੋ ਗਿਆ। ਅਤੇ ਹੁਣ ਚੱਕੀ ਇਹਨੂੰ ਉੱਤੇ, ਅਤੇ ਇਹਦੇ ਵਿੱਚ ਹੁਣ ਇੱਥੇ ਸਿੱਟਣਾ, ਅਤੇ ਇਹਨੂੰ ਕਰੀਏ ਥੱਲੇ। ਹਾਂ ਓਕੇ 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 ਹੋ ਗਿਆ, ਆ ਗਿਆ ਆ ਗਿਆ ਬਾਈ ਹਿਸਾਬ ਆ ਗਿਆ। ਹੁਣ ਤੱਕ ਛੇਤੀ ਕੰਮ ਨਿਬੇੜ ਦਾਂਗੇ। ਅਤੇ ਟਰਾਲੀ ਬਾਈ ਪਹਿਲਾਂ ਇਹ ਭਰ ਲਈਏ, ਫਿਰ ਦੂਈ ਟਰਾਲੀ ਦੇਖਦੇ ਹਾਂ। ਅਤੇ ਮਿੱਤਰੋ, ਇੱਕ ਟਰਾਲਾ ਆਪਣਾ ਪਹਿਲਾਂ ਜਿਹੜਾ ਵੱਡਾ ਟਰਾਲਾ ਉਹਦਾ ਭਰ ਗਿਆ। ਅਤੇ ਆਹ ਸਾਰੀ ਮਿੱਟੀ ਇੱਧਰੋਂ ਚੱਕਤੀ ਬਈ ਆਪਾਂ। ਅਤੇ ਕਿਹਾ ਬਾਈ ਟਰੈਕਟਰ ਕੱਢਣਾ ਔਖਾ ਹੁਣ ਇੱਥੋਂ ਨਾ ਬਾਈ, ਮੈਨੇ ਤਾਂ ਹਿੱਲਦਾ ਵੀ ਹੈ ਨਹੀਂ ਟਰਾਲਾ, ਜਮਾ ਹੀ ਨਹੀਂ ਬਾਈ ਟਰਾਲਾ ਹਿੱਲ ਰਿਹਾ। ਲੋ ਗੇਅਰ ਲਾ, ਬਾਈ ਟਰਾਲਾ ਤਾਂ ਹਿੱਲ ਵੀ ਨਹੀਂ ਰਿਹਾ ਯਾਰ। ਇਹਨੂੰ ਬਾਈ ਆਪਾਂ ਲੈ ਕੇ ਕਿਵੇਂ ਜਾਵਾਂਗੇ, ਅਰੇ ਟਰਾਲਾ 'ਚ ਹਿੱਲ ਨਹੀਂ ਰਿਹਾ, ਇਹ ਜਾਊ ਕਿੱਕਣ। ਅਤੇ ਇੱਦਾਂ ਕਰਦੇ ਹਾਂ ਹੁਣ ਆਪਾਂ ਨੂੰ 4x4 56 'ਤੇ ਮੰਗਾਉਣਾ ਪੈਣਾ, ਜਿਹੜਾ ਘਰ ਖੜਾ ਬਾਈ ਆਪਣੇ। ਅਤੇ ਮੰਗਾਉਂਦੇ ਹਾਂ ਉਹਨੂੰ, ਫਿਰ ਪਾ ਕੇ ਟੋਚਾ ਕੱਢਦੇ ਹਾਂ ਇੱਥੋਂ ਬਾਈ ਟਰੈਕਟਰ। ਚੱਕਰ ਕੀ ਪੈ ਗਿਆ ਇੱਧਰ ਬਾਈ, ਗਾਰਾ ਖਿੰਡ ਗਿਆ ਜਿਹੜੀ ਗੱਲ ਆ, ਗਾਰਾ ਟਾਇਰ ਨੂੰ ਅੱਗੇ ਨਹੀਂ ਵਧਣ ਦਿੰਦਾ, ਆਹ ਗਾਰੇ 'ਚ ਟਾਇਰ ਬਹਿ ਗਿਆ, ਇਹ ਗੱਲ ਹੋਈ ਹੈ ਸਾਰੀ। ਅਤੇ ਇੱਧਰਲਾ ਟਾਇਰ ਤਾਂ ਠੀਕ ਆ, ਇੱਧਰ ਨੂੰ ਆਹ ਟਾਇਰ ਬਹਿ ਗਿਆ, ਦੇਖੋ ਕਿੰਨਾ ਬਹਿ ਗਿਆ ਬਈ, ਆਹ ਤਾਂ ਬਾਹਲਾ ਜ਼ਿਆਦਾ ਬਹਿ ਗਿਆ। ਅਤੇ ਮੰਗਾਉਂਦੇ ਹਾਂ ਬਾਈ ਟਰੈਕਟਰ, ਅਤੇ ਪਾਉਂਦੇ ਹਾਂ ਫਿਰ ਟੋਚਨ। ਅਤੇ ਲਓ ਮਿੱਤਰੋ, ਕਹਿੰਦੇ ਟੋਚਨ 56-30 ਆ ਗਿਆ ਬਾਈ, ਘਰੋਂ ਮੰਗਵਾ ਲਿਆ ਸੀਗਾ ਅਤੇ ਟੋਚਨ ਪਾ ਲਿਆ। ਅਤੇ ਮਿੱਤਰੋ, ਇਹਨੂੰ ਛੱਡਦੇ ਹਾਂ ਗੇਅਰ 'ਚ, ਅਤੇ ਇਹਦਾ ਪਾ ਲੈਂਦੇ ਹਾਂ 30 ਹਾਈ, ਅਤੇ ਇਹਦਾ ਪਾ ਲੈਂਦੇ ਹਾਂ 30 ਮੀਡੀਅਮ। ਅਤੇ ਕਹਿ ਰਿਹਾ ਬਾਈ ਇਕੱਲੇ ਦਾ ਜ਼ੋਰ ਮਰਾ ਕੇ ਦੇਖੀਏ ਇਹਦਾ ਕੀ ਕਹਿੰਦਾ ਇਹ। ਇਕੱਲਾ ਤਾਂ ਬਾਈ, ਇਹ ਵੀ ਟਰੈਕਟਰ ਸਲਿੱਪੇ ਮਾਰ ਰਿਹਾ। ਚਲੋ ਬਾਈ ਮਿੱਤਰੋ, ਉਹਦਾ ਵੀ ਗੇਅਰ ਪਾ ਦਈਏ ਕਿਰਾਂ ਨਾਲ। ਮਿੱਤਰੋ, ਟਰਾਲਾ ਹਿੱਲਣ ਦਾ ਨਾਮ ਨਹੀਂ ਲੈ ਰਿਹਾ ਯਾਰ।
911 ਦੀ ਬਾਈ ਸਪੀਡ ਦੇਖੋ, ਆਰ ਪੀ ਐਮ ਫੁੱਲ ਰੇਸ ਦਿੱਤੀ ਹੋਈ ਆ ਉਹਦੀ। ਨਹੀਂ ਬਾਈ ਮਿੱਤਰੋ, ਜਮਾਂ ਹੀ ਨਹੀਂ ਹਿੱਲ ਰਿਹਾ ਯਾਰ, ਇਹ ਕੀ ਚੱਕਰ ਪੈ ਗਿਆ। ਇੱਕ ਟਰੈਕਟਰ ਹੋਰ ਜੋੜੀਏ ਫਿਰ, ਇਹਨੂੰ ਕੱਢੋ ਬਾਈ ਟਰਾਲੀ, ਇਹਨੂੰ ਪਿੱਛੋਂ ਧੱਕਦੇ ਹਾਂ ਯਾਰ ਮਾੜਾ ਜਿਹਾ। ਨਹੀਂ ਇੱਕ ਸਕਿੰਟ ਰੁਕੋ ਬਾਈ, ਆਹ ਲੋਡਰ ਆਪਣੇ ਕੋਲ ਹੈਗਾ, ਟਰਾਲੀ ਦੇ ਥੱਲੇ ਲੋਡਰ ਪਾ ਕੇ ਪਹਿਲਾਂ ਬਾਈ ਇਹਦੇ ਵਿੱਚੋਂ ਗਾਰਾ ਕੱਢ ਦਿਓ ਯਾਰ ਸਾਰਾ। ਹੋਰ ਲਿਫਟ ਨੀਵੀਂ ਕਰੀਏ ਥੋੜ੍ਹੀ ਜਿਹੀ ਹੋਰ, ਅਤੇ ਹੁਣ ਬਾਈ ਲੋਡਰ ਨੂੰ ਚੱਕੀਏ ਤਾਂ। ਬਾਈ ਲੋਡਰ ਦੀ ਲਿਫਟ ਤਾਂ ਜਾ ਨਹੀਂ ਰਹੀ, ਲੋਡਰ ਆਪ ਚੱਕਿਆ ਗਿਆ। ਥੋੜ੍ਹਾ ਜਿਹਾ ਟਰਾਲੀ ਨੂੰ ਅੱਗੇ ਕਰਤਾ ਲੋਡਰ ਨੇ, ਹੁਣ ਦੇਖੀਏ ਬਾਈ ਜ਼ੋਰ ਮਰਾ ਕੇ ਲੈ ਆਏ ਲੈ ਆਏ ਲੈ ਆਏ ਲੈ ਆਏ। ਚੱਲ ਚੱਲ ਦਬਗੇ 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 ਟਰੈਕਟਰ ਲੈ ਆਏ ਮਿੱਤਰੋ, ਲੈ ਆਏ ਕੱਢ ਲਿਆਏ ਹੁਣ ਤਾਂ ਟਰਾਲੀ। ਅਤੇ ਮਿੱਤਰੋ ਹੁਣ ਭਰਦੇ ਹਾਂ ਯਾਰ ਦੂਈ ਟਰਾਲੀ, ਅਤੇ ਵੀ ਇਹਦੀ ਇਹ ਵੀਡੀਓ ਆਪਾਂ ਇੱਥੇ ਐਂਡ ਕਰਦੇ ਹਾਂ, ਕਿਉਂਕਿ ਯਾਰ ਇਹ ਟਰਾਲੀ ਪਤਾ ਆਪਾਂ ਬਾਈ ਇੱਧਰ ਦੀ ਲੈ ਕੇ ਜਾਣੀ ਆ, ਉਹ ਚੜ੍ਹਾਈ ਨਹੀਂ, ਉਹ ਚੜ੍ਹਾਈ ਚੜ੍ਹਨੀ ਆ ਆਪਾਂ। ਮਿੱਤਰੋ ਮੈਨੂੰ ਨਹੀਂ ਲੱਗਦਾ ਵੀ 911 ਯਾਰ ਉਹ ਚੜ੍ਹਾਈ ਚੜ੍ਹਾਊਗਾ, ਦੇਖੋ ਬਾਹਲੀ ਉੱਚੀ ਚੜ੍ਹਾਈ ਆ। ਅਤੇ ਟਰੈਕਟਰ ਮੈਨੂੰ ਲੱਗਦਾ ਬਾਈ ਆਹ ਅਟੈਚ ਕਰਨਾ ਪੂਜਾਂ, ਇਹ ਤੋਂ ਵੀ ਵੱਡਾ ਮੰਗਵਾਉਣਾ ਪੈ ਸਕਦਾ ਬਾਈ ਮਿੱਤਰੋ। ਅਤੇ ਅੱਜ ਦੀ ਵੀਡੀਓ ਇੱਥੇ ਐਂਡ ਕਰਦੇ ਹਾਂ, ਜੇ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਕਮੈਂਟ, ਅਤੇ ਚੈਨਲ ਕਰ ਲਿਓ ਸਬਸਕ੍ਰਾਈਬ। ਥੈਂਕਸ ਫੋਰ ਵਾਚਿੰਗ।